ਜਿਹੜੇ ਜਿਹੜੇ ਲੀਡਰ ਅੱਜ ਜਿਉਂਦੇ ਆ ਉਹਨਾਂ ਚੋਂ ਕਿਹੜੇ ਕਿਹੜੇ ਲੀਡਰਾਂ ਨੂੰ ਤੁਸੀਂ ਆਪਣੇ ਅੱਖੀਂ ਵੇਖਿਆ ਉਸ ਭੀੜ ਦੀ ਹਮਾਇਤ ਕਰਦੇ ਆ ਜਾਂ ਉਸ ਭੀੜ ਨੂੰ ਉਕਸਾਉਂਦੇ ਆ ਜਾਂ ਜਿੱਦਾਂ ਮੈਂ ਪਹਿਲਾਂ ਤੁਹਾਡੇ ਤੋਂ ਪੁੱਛ ਕੇ ਹਟਿਆ ਵੀ ਸੱਜਣ ਕੁਮਾਰ ਕਹਿ ਰਿਹਾ ਸੀ ਸਿੱਖ ਮਾਰੋ 1000 ਰੁਪਇਆ ਲਓ ਇਹਤੋਂ ਬਿਨਾਂ ਹੋਰ ਕਿਹੜੇ ਕਿਹੜੇ ਦੇ ਤੁਸੀਂ ਨਾਂ ਲੈਣਾ ਦੇਖੋ ਜਿੰਨੇ ਐਮ ਪੀ ਸੀ ਇੱਕ ਤੇ ਅਟਲ ਬਿਹਾਰੀ ਵਾਜਪੇਈ 7 ਹੁੰਦੇ ਨੇ ਉੱਥੋਂ ਦੇ ਐਮ ਪੀ ਦਿੱਲੀ ਚ ਲਾਜਪਤ ਨਗਰਵਾਲ ਦਾ ਉਦੋਂ ਜਿੱਤਿਆ ਸੀ ਅਟਲ ਬਿਹਾਰੀ ਵਾਜਪੇਈ ਲਾਜਪਤ ਨਗਰਵਾਲ ਕੁਛ ਨੀ ਹੋਇਆ ਇੱਕ ਦੋ ਘਰ ਸੜੇ ਗੁਰਦੁਆਰੇ ਸੜੇ ਪਰ ਕਤਲੇਆਮ ਨੀ ਹੋਇਆ ਧਰਮਦਾਸ ਸ਼ਾਸਤਰੀ ਕਿਆ ਚੱਲ ਭਗਤ ਆਪਣਾ ਜਗਦੀਸ਼ ਟਾਈਟਲ ਸੱਜਣ ਕੁਮਾਰ ਤੇ ਕਮਲਦਾਸ ਵਗੈਰਾ ਸਾਰੇ ਜ਼ਿੰਮੇਵਾਰ ਨੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਦੇਖਿਆ ਮੈਂ ਤੇ ਆਪਣੇ ਇਲਾਕੇ ਦਾ ਦੇਖਾਂਗੇ ਜੋ ਮੈਂ ਸੁਣਿਆ ਹੈ ਜੋ ਲੋਕ ਅੱਜ ਕੱਲ ਐਫੀਡੇਵਿਟ ਦੇ ਰਹੇ ਨੇ ਕਮਲਨਾਥ ਆਪ ਮੰਨਿਆ ਭਈ ਮੈਂ ਰਕਾਬਗੰਜ ਸਾਹਿਬ ਜਦੋਂ ਇਹ ਦੋ ਸੇਵਾਦਾਰ ਮਾਰੇ ਨੇ ਮੈਨੇਜਰ ਦੀ ਕੋਠੀ ਨੂੰ ਅੱਗ ਲਾਈ ਆ ਪਾਰਲੀਮੈਂਟ ਦੇ ਸਾਹਮਣੇ ਕਿਉਂਕਿ ਅਖਬਾਰ ਚ ਆਈ ਆ ਫੋਟੋ ਮੁੱਕਰ ਨੀ ਸਕਦਾ ਮੈਂ ਉੱਥੇ ਮੌਜੂਦ ਸੀ ਲੇਕਿਨ ਮੈਂ ਉਹਨੇ ਨਾਨਾਵਤੀ ਦੇ ਮੰਨਿਆ ਲੇਕਿਨ ਮੈਂ ਸਾੜਨ ਨਹੀਂ ਸੀ ਗਿਆ ਮੈਂ ਬਚਾਉਣ ਜੇ ਤੂੰ ਬਚਾਉਣ ਗਿਆ ਸੀ ਤੇ ਉਹ ਦੋ ਸੇਵਾਦਾਰ ਕਿਤਨਾ ਸੜ ਗਏ ਤੇ ਅੱਗ ਕੋਠੀ ਨੂੰ ਤੇਰੇ ਖਲੋਤਿਆਂ ਕਿੱਦਾਂ ਲੱਗੀ ਉਹਦੇ ਕਿਸਮਤ ਚੰਗੀ ਸੀ ਵੀ ਮੁੰਡਿਆਂ ਦੇ ਕੋਲ ਅਸਲਾ ਸੀ ਅੰਦਰੋਂ ਮੁੰਡੇ ਪੈ ਗਏ ਤੇ ਪਾਰਲੀਮੈਂਟ ਦਾ ਲਾਗਾ ਸੀ ਇਹਨਾਂ ਨੂੰ ਸ਼ਰਮ ਆਈ ਤੇ ਉੱਥੋਂ ਬਣ ਨਹੀਂ ਤੇ ਪਤਾ ਨੀ ਕਿੰਨਾ ਕਤਲੇਆਮ ਗੁਰਦੁਆਰਾ ਵੀ ਜਲਾ ਦਿੰਦੇ ਹੈਨਾ ਤੇ ਜੇ ਇਹ ਬਚਾਉਣ ਗਿਆ ਸੀ ਤੇ ਉਹ ਮਾਰ ਕਿੱਦਾਂ ਗਏ ਬਿਲਕੁਲ ਇਹਨਾਂ ਦੀ ਇੱਕ ਮੰਨਣ ਯੋਗ ਗੱਲ ਹੈਗੀ ਆ ਫਿਰ ਜੋ ਨਾਰੇ ਲੱਗਦੇ ਰਹੇ ਸਾਰੇ ਮੁਲਕ ਨੇ ਵੇਖੇ ਇੰਦਰਾ ਗਾਂਧੀ ਦੇ ਕੋਲ ਖਲੋ ਕੇ ਖੂਨ ਕਾ ਬਦਲਾ ਖੂਨ ਸੇ ਲੇਂਗੇ ਇੱਕ ਜਣਾ ਭਾਸ਼ਣ ਕਰੇ ਤੁਹਾਨੂੰ ਫੜ ਲੈਂਦੇ ਭੜਕਾਊ ਭਾਸ਼ਣ ਕਰਦਾ ਸੀ ਉਹਨਾਂ ਦੇ ਭਾਸ਼ਣ ਨਾਲ ਹਜ਼ਾਰਾਂ ਕਤਲੇਆਮ ਹੋ ਗਏ ਉਹਨਾਂ ਦਾ ਅੱਜ ਤੱਕ ਕਿਉਂ ਨੀ ਭੋਗ ਪਾਇਆ ਵੀ ਕੋਈ ਭਾਸ਼ਣ ਦਿੱਤਾ ਸੀ ਉਹਨੇ ਗਰਮ 21 ਸਾਲ ਦਾ ਭਰ ਜਵਾਨ ਪੁੱਤ ਤੇ ਪਤੀ ਤੇ ਭਰਾ ਜਿਸ ਔਰਤ ਨੇ ਜਵਾਨੀ ਚ ਗੁਆਏ ਹੋਣ ਉਹ ਦੁੱਖ ਉਹੀ ਜਾਣ ਸਕਦਾ ਦੱਸ ਸਕਦੇ ਹੋ ਵੀ ਜਿਹੜਾ ਤੁਹਾਡੇ ਨਾਲ ਹੋਇਆ ਇਹ ਕਿਸ ਤਰ੍ਹਾਂ ਹੋਇਆ ਇੱਕ ਤਰੀਕੇ ਨਾਲ ਸਭ ਨਾ ਆਇਆ ਸਾਰੀ ਕੌਮ ਨਾਲ ਇੱਕੋ ਤਰੀਕੇ ਨਾਲ ਆਇਆ ਕਿਉਂਕਿ ਇਹ ਕਾਂਗਰਸ ਲੀਡਰ ਪਹਿਲੋਂ ਆ ਕੇ ਦਰਵਾਜ਼ੇ ਅੱਗੇ ਖੜੇ ਹੋ ਜਾਂਦੇ ਸੀ ਉਹ ਸਿੱਖਾਂ ਦੇ ਘਰ ਦੀ ਨਿਸ਼ਾਨਦੇਹੀ ਕਰਦੇ ਸੀ ਮਗਰੋਂ ਇਹ ਗੁੰਡੇ ਵਾੜਦੇ ਸੀ ਅੰਦਰ ਆਦਮੀਆਂ ਨੂੰ ਮਰਵਾਉਂਦੇ ਸੀ ਘਰ ਲੁੱਟਦੇ ਸੀ ਅੱਗ ਲਾ ਜਾਂਦੇ ਸੀ ਤੇ ਫਿਰ ਉਹ ਚੱਲਦੇ ਬਣਦੇ ਸੀ ਫਿਰ ਭੀੜ ਭੇਜ ਦਿੰਦੇ ਪਹਿਲੋਂ ਇਹ ਆਉਂਦੇ ਸੀ ਸਭ ਤੋਂ ਲੀਡਰ ਉਹਨਾਂ ਦੇ ਹੱਥ ਚ ਇੱਕ ਲਿਸਟ ਹੁੰਦੀ ਸੀ ਨਾ ਰਾਸ਼ਨ ਵਾਏ ਹੁੰਦੇ ਸੀ ਜਿਹੜੇ ਹੁਣ ਉਮਰ ਕੈਦ ਹੋਈ ਆ ਬਲਵਾਨ ਖੋਖਰ ਨੂੰ ਮਹਿੰਦਰ ਯਾਦਵ ਇਹ MLA ਸੀ ਇਹ ਬਲਵਾਨ ਖੋਖਰ ਹੈਗਾ ਸੀਗਾ ਕੌਂਸਲਰ ਸੀ ਨਾ ਇਹ ਕਾਂਗਰਸ ਆਈ ਦਾ ਪ੍ਰਧਾਨ ਵੀ ਸੀ ਸਰਕਲ ਤੇ ਨਾ ਇਹਦਾ ਤੇਲ ਦਾ ਡੀਪੂ ਸੀ ਤੇਲ ਸਪਲਾਈ ਕਰਦਾ ਸੀ ਇਹ ਭੀੜਾਂ ਦੇ ਨਾਲ ਸੀ ਹੋਰ ਜਿਹੜਾ ਭਾਗ ਮੱਲ ਹੋਇਆ ਕੈਪਟਨ ਉਹਨੂੰ ਉਮਰ ਕੈਦ ਹੋਈ ਆ ਇਹ ਨਾਲ ਸੀ ਮਤਲਬ ਇਹ ਜਿੰਨੇ ਲੀਡਰ ਲੋਕ ਨੇ ਇਹ ਪਹਿਲੋਂ ਆਣ ਕੇ ਖੜੇ ਹੋ ਜਾਂਦੇ ਸੀ ਉਹਨਾਂ ਦੇ ਹੱਥ ਚ ਇੱਕ ਲਿਸਟ ਹੁੰਦੀ ਸੀ ਨਿਸ਼ਾਨਦੇਹੀ ਕਰਦੇ ਸਿੱਖਾਂ ਦੇ ਘਰ ਦੀ ਮੁੜ ਕੇ ਉਹ ਆਦਮੀਆਂ ਨੂੰ ਮਾਰਨ ਵਾਲੇ ਗੁੰਡੇ ਵੜਦੇ ਸੀ ਉਸ ਤੋਂ ਬਾਅਦ ਲੁੱਟਵਾਏ ਜਾਂਦੇ ਘਰ ਨੂੰ ਅੱਗ ਲਾ ਕੇ ਚਲੇ ਜਾਂਦੇ ਸੀ ਪੁਲਿਸ ਵੀ ਫਿਰਦੀ ਸੀ ਨਾਲ ਹੀ ਕਿਉਂਕਿ ਪੁਲਿਸ ਨੇ ਇੱਥੋਂ ਤੱਕ ਮੇਰੇ ਘਰ ਦੇ ਅੱਗੇ ਖਲੋ ਕੇ ਉਹ ਪੁਲਿਸ ਅਫਸਰ ਨੇ ਕਿਹਾ ਹੈ ਭੀੜ ਨੂੰ ਕਿੰਨੇ ਭੁੰਨ ਲਏ ਜੇ ਕਿਉਂਕਿ ਮੇਰੇ ਘਰ ਵਿੱਚ ਪੁੱਜੇ ਪਏ ਸੀ ਦੋ ਮੇਰੇ ਘਰ ਵਿੱਚ ਸਾਹਮਣੇ ਮੇਰੇ ਭਰਾ ਪੁੱਜੇ ਪਏ ਸੀ ਹੋਰ ਸਿੱਖ ਵੀ ਪੁੱਜੇ ਪਏ ਸੀ ਕਿਉਂਕਿ ਬੜਾ ਖੁਸ਼ ਹੋ ਕੇ ਉਹਨਾਂ ਨੂੰ ਪੁੱਛਦਾ ਸੀ ਵੀ ਕਿਤਨੇ ਮੁਰਗੇ ਪਹੁੰਚ ਲਈਏ ਸ਼ਾਬਾਸ਼ ਕਰੋ ਇਹ ਕਰਫਿਊ ਲੱਗਾ ਸੀ ਨਾਲ ਉਹ ਅਨਾਊਂਸਮੈਂਟ ਕਰਨ ਡਿਆ ਵੀ ਕਰਫਿਊ ਲੱਗ ਗਿਆ ਦੇਖਦੇ ਗੋਲੀ ਮਾਰ ਲੈਂਗੇ ਤੇ ਭੀੜ ਨੂੰ ਸ਼ਾਬਾਸ਼ ਦੇਣ ਡਿਆ ਤੇ ਮਨਾਏ ਉਹਨਾਂ ਨੂੰ ਪੁੱਛਣ ਡਿਆ ਵੀ ਮੁਰਗੇ ਕਿੰਨੇ ਪਹੁੰਚ ਲਈਏ ਅੱਜ ਦੂਸਰਾ ਦਿਨ ਹੋ ਗਿਆ ਸੀ ਪੁੱਜੇ ਪਏ ਸੀ ਸਾਹਮਣੇ ਦਾ ਇਹ ਦੋ ਤਰੀਕ ਦੀ ਗੱਲ ਹੈ ਉਦਣ ਮੇਰੇ ਭਰਾ ਮਾਰੇ ਗਏ 2 ਤਰੀਕ ਨੂੰ ਮੇਰੇ ਘਰ ਪਹਿਲੀ ਨੂੰ ਮਾਰੇ ਗਏ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਘਰੇ ਪਈਆਂ ਸੀ ਫਿਰ ਪਰੇਡ ਗਰਾਊਂਡ ਚ ਗਈਆਂ ਪਰੇਡ ਗਰਾਊਂਡ ਚੋਂ ਅੱਗੋਂ ਜਨਰਲ ਸਾਹਿਬ ਕੋ ਗਈਆਂ ਪਹਿਲੋਂ ਪੁਲਿਸ ਚੌਂਕੀ ਗਈਆਂ 1 ਤਰੀਕ ਨੂੰ ਫਿਰ 2 ਤਰੀਕ ਨੂੰ ਸਵੇਰੇ ਸਵੇਰੇ ਫਿਰ ਦੁਬਾਰਾ ਉਦੋਂ ਉਹਨਾਂ ਆਖਿਆ ਵੀ ਅਭੀ ਤੋਂ ਬਹੁਤ ਮਰ ਰਹੇ ਹਾਂ ਬਹੁਤ ਮਰ ਰਹੇ ਹਾਂ ਜਬ ਸਭ ਮਰ ਜਾਏਂਗੇ ਕਿਸ ਕਿਸ ਕੀ ਬਾਤ ਸੁਣੇਗੇ ਜਬ ਸਭ ਮਰ ਜਾਏਂਗੇ ਇਕੱਠਾ ਹੋਗਾ ਸਭ ਕਾ ਅਭੀ ਤੋਂ ਬਹੁਤ ਮਰੇਂਗੇ 1 ਤਰੀਕ ਨੂੰ ਉਹਨਾਂ ਇਹ ਆ ਗਏ ਇਹ ਪੁਲਿਸ ਅਫਸਰ ਨੇ ਕਿਹਾ ਪੁਲਿਸ ਅਫਸਰ ਨੇ ਕਿਹਾ ਜਦੋਂ ਚੌਂਕੀ ਗਈ ਆ 1 ਤਰੀਕ ਨੂੰ 6 ਵਜੇ 1 ਵਜੇ ਮੇਰੇ ਘਰ ਕਾਂਡ ਹੋ ਗਿਆ ਸੀ ਫਿਰ ਇਹ ਭੀੜਾਂ ਥੋੜੀਆਂ ਜਿਹੀਆਂ ਅੱਗੇ ਮਾਰਨ ਚੱਲ ਗਈਆਂ ਮੈਂ ਪੁਲਿਸ ਚੌਂਕੀ ਗਈ ਆ ਉੱਥੇ ਜਾ ਕੇ ਫਰਿਆਦ ਕੀਤੀ ਆ
ਉਹਨਾਂ ਮੈਨੂੰ ਆਖਿਆ ਭਾਗ ਭਾਗ ਜਾ ਸੀ, ਅਭੀ ਤੋਂ ਬਹੁਤ ਮਰੇਂਗੇ, ਅਭੀ ਤੋਂ ਬਹੁਤ ਮਰ ਰਹੇ ਹਾਂ, ਤੋ ਜਬ ਸਭ ਮਰ ਜਾਏਗੇ, ਕਿਸ ਕਿਸ ਕੀ ਬਾਤ ਸੁਣੇਗੇ, ਸਭ ਕਾ ਇਕੱਠਾ ਹੋਗਾ, ਭਾਗੋ ਜਾ ਸੀ। ਦੋ ਤਰੀਕ ਨੂੰ ਮੇਰੇ ਭਰਾ ਵੀ ਮਾਰੇ ਗਏ, ਸਾਹਮਣੇ ਲੁਕੇ ਰਾਤ ਸਾਰੀ ਦਰਵਾਜੇ ਭੰਨਦੇ ਰਹੇ, ਉਹਨਾਂ ਕੋਠੇ ਤੋਂ ਛਾਲਾਂ ਮਾਰਤੀਆਂ, ਸਵੇਰੇ ਭੀੜ ਚਲੀ ਗਈ ਸੀ ਇਹ ਗੁੰਡਿਆਂ ਦੀ, ਉਹਨਾਂ ਕਿਹਾ ਸ਼ਾਇਦ ਚਲ ਗਿਆ, ਤੇ ਆਪਣੀ ਭੈਣ ਨੂੰ ਜਾ ਕੇ ਸਾਹਮਣੇ ਲੁਕੇ, ਮੈਨੂੰ ਤਾਂ ਪਤਾ ਨਹੀਂ ਸੀ, ਉਹਨਾਂ ਨੂੰ ਪਤਾ ਸੀ ਭਾਣਾ ਵਰਤ ਗਿਆ, ਤੇ ਉਹਨਾਂ ਵੇਖਦੇ ਵੇਖਦੇ ਛਾਲਾਂ ਮਾਰਤੀਆਂ ਤੇ ਆਂਡੀਆਂ ਗੁਆਂਢੀਆਂ ਨੇ ਘਰੋਂ ਨਿਕਲ ਕੇ ਤੇ ਉਹਨਾਂ ਨੂੰ ਗੱਲ ਆਤੀ, ਆਂਡੀਆਂ ਗੁਆਂਢੀ ਆਂਡੀਆਂ ਗੁਆਂਢੀਆਂ ਨੇ। ਇਹ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ, ਬਹੁਤ ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਕਨਫਿਊਜ਼ਨ ਆ ਕਿ ਆਂਡੀਆਂ ਗੁਆਂਢੀਆਂ ਨੇ ਮਦਦ ਕੀਤੀ। ਦੇਖੋ ਪਹਿਲੇ ਦਿਨ ਮੈਂ ਬੱਚੇ ਪੰਡਤਾਂ ਦੇ ਘਰ ਭੇਜੇ ਨੇ, ਇਹ ਛੋਟਾ ਕਾਕਾ ਵੀ ਤੇ ਤਿੰਨ ਬੇਟੀਆਂ ਵੀ, ਤੇ ਸ਼ਾਮੀ 6 ਵਜੇ ਉਹਨਾਂ ਨੇ ਘਰੋਂ ਕੱਢ ਕੇ ਮੇਰੇ ਬੱਚਿਆਂ ਨੂੰ 6:30 ਵਜੇ, ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਵੀ ਜਾਓ ਹਮੇ ਵੀ ਮਰਵਾਓਗੇ ਆਪਣੇ ਘਰ ਜਾਓ। ਅੱਛਾ ਜੀ। ਹਾਂਜੀ। ਤੇ ਦੂਸਰੇ ਦਿਨ ਕਿਉਂਕਿ ਉਹਨਾਂ ਦਾ ਮੁੰਡਾ ਵੀ ਹਾਕੀ ਫੜ ਕੇ ਫਿਰ ਉਹਨਾਂ ਦੇ ਮਾਰਨ ਵਾਲਿਆਂ ਦੇ ਨਾਲ ਚਲੇ ਗਿਆ ਸੀ, ਇਹ ਬੱਚੇ ਦੱਸਦੇ ਨੇ। ਤੇ ਦੂਸਰੇ ਦਿਨ ਜਦੋਂ ਉਹਨਾਂ ਵੇਖਿਆ ਮੇਰਿਆਂ ਵੀਰਾਂ ਨੇ ਵੀ ਭੀੜਾਂ ਚਲੀਆਂ ਗਈਆਂ ਨੇ, ਹੁਣ ਗਲੀ ਚ ਕੋਈ ਨੀ ਰਹਿ ਗਿਆ, ਸਵੇਰੇ ਦਾ ਟਾਈਮ ਸੀ, ਇਹ ਨਾਸ਼ਤਾ ਵਗੈਰਾ ਰਾਤ ਹਲਾ ਹਲਾ ਕਰਦੇ ਫਿਰਦੇ ਸੀ, ਤੇ ਉਹਨਾਂ ਨੇ ਕੋਠੇ ਤੋਂ ਛਾਲ ਮਾਰਤੀ, ਇੱਕ ਨੇ ਤੇ ਮੇਰੇ ਘਰ ਦੇ ਬਿਲਕੁਲ ਸਾਹਮਣੇ ਵੱਡੇ ਨੇ ਮਾਰੀ, ਬਸ ਮਾਰੀ ਤੇ ਆਂਡੀਆਂ ਗੁਆਂਢੀਆਂ ਭਾਰਾ ਸੀ ਉਹਦਾ ਧਮਕ ਬਈ, ਤੇ ਆਂਡੀਆਂ ਗੁਆਂਢੀਆਂ ਰੋਈ ਪਾਤੀ ਵੀ ਠੇਕੇਦਾਰ ਨਾ ਚੱਲੇ, ਭੱਜੋ ਭੱਜੋ ਭੱਜੋ, ਇਸ ਗਰਦਾਰੀ ਸਾਡਾ ਗੁਆਂਢੀ ਹੈ ਜਿਹਨੂੰ ਬਰਕੈਦ ਹੋਈ ਆ, ਇਹ ਵੀ ਨੱਸ ਗਿਆ, ਭਾਗਮਲ ਵੀ ਘਰੋਂ ਕੈਪਟਨ ਸਾਡਾ ਗੁਆਂਢੀ ਆ ਆਇਆ ਉੱਥੇ, ਆਪਣਾ ਜਿਹੜੇ ਭਰਾ ਧਰਮਵੀਰ ਸੀ ਉਹ ਮਰ ਗਿਆ ਆਪਣੀ ਮੌਤ ਤੇ, ਕਈ ਲਿਖਾਏ ਸੀ, ਬਲਦਾਨ ਸਿੰਘ ਸੂਬੇਦਾਰ ਸੀ, ਇਹ ਸਾਰੇ ਆਪਣੇ ਘਰੋਂ ਨਿਕਲ ਆਏ, ਦਵਾ ਦਬ ਉਹਨੂੰ ਤੇ ਵੱਡੇ ਵੀਰ ਨੂੰ ਤੇ ਮੇਰੇ ਨੂੰ, ਮੇਰੇ ਘਰ ਦੇ ਸਾਹਮਣੇ ਹੀ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਉੱਥੇ ਢੇਰੀ ਕਰ ਦਿੱਤਾ, ਤੇ ਜਿਹੜੇ ਛੋਟੇ ਥੋੜੇ ਜਿਹੇ ਭੱਜੇ ਉਹਨਾਂ ਨੂੰ ਪੁਲੀ ਤੇ ਜਾ ਕੇ ਮਾਰਤਾ, ਇਹ ਭਾਗਮਲ ਦੌੜ ਗਿਆ ਗੋਲੀ ਮਾਰੀ, ਗੁਆਂਢੀ ਸੀ ਤੇ ਉੱਥੇ ਢੇਰੀ ਕਰ ਦਿੱਤੇ। ਤੇ ਤੁਹਾਡੇ ਬੇਟੇ ਗੁਰਪ੍ਰੀਤ, ਗੁਰਪ੍ਰੀਤ ਸਿੰਘ ਤੇ ਮਾਰਿਆ ਗਿਆ ਸੀ 1 ਤਰੀਕ ਨੂੰ, ਉਹ ਤੇ ਘਰ ਹੀ ਆਣ ਕੇ ਮਾਰ ਗਏ ਸੀ, ਉਦੋਂ ਤੇ ਲੀਡਰ ਲੋਕ ਨਾਲ ਆਏ ਸੀ, ਕਿਉਂਕਿ ਮੈਂ ਉਹਨਾਂ ਨੂੰ ਸਮਝਾਇਆ ਸੀ ਮੁੰਡਿਆਂ ਨੂੰ ਵੀ ਅਸੀਂ ਫਰੀਡਮ ਫਾਈਟਰ ਆ, ਕਾਂਗਰਸੀ ਆ, ਉਹ ਪ੍ਰਧਾਨ ਮੰਤਰੀ ਸਾਡੀ ਵੀ ਸੀ, ਸਾਨੂੰ ਵੀ ਉਹਨਾਂ ਦੁੱਖ ਹੈ ਜਿੰਨਾ ਤੁਹਾਨੂੰ ਦੁੱਖ ਹੈ, ਹੈ ਨਾ, ਕਿਉਂਕਿ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਹੈ, ਉਹ ਮੋੜਨ ਲੱਗੇ ਸੀ, ਜਦੋਂ ਇਹ ਲੀਡਰ ਲੋਕ ਅੱਗੇ ਖੜੇ ਸੀ ਦਰਵਾਜੇ ਦੇ, ਜਦੋਂ ਮੋੜਨ ਲੱਗੇ ਆਖਣ ਲੱਗੇ ਕਿਉਂ ਮੋੜ ਆਇਆ, ਮੈਂ ਆਖਿਆ ਫਰੀਡਮ ਫਾਈਟਰ ਨੇ, ਹੁਣ ਇਹਨਾਂ ਫਿਰ ਲੀਡਰਾਂ ਨੇ ਆਖਿਆ ਕਿਆ ਹੋਊਗਾ ਫਰੀਡਮ ਫਾਈਟਰ, ਹੈ ਤਾਂ ਸਰਦਾਰ ਨਾਗ ਹੈ, ਨਾਗ ਹੈ, ਬਚੇਗੇ ਤਾਂ ਕਾਟੇਗੇ, ਚਾਹੇ ਕੋਈ ਵੀ ਹੋ, ਸਿੱਖ ਸਾਲਾ ਤੇ ਇੱਕ ਵੀ ਨਹੀਂ ਛੋੜਨਾ, ਚਾਹੇ ਕੋਈ ਵੀ ਹੋ। ਇਹ ਕਾਂਗਰਸੀ ਲੀਡਰ ਕੌਣ? ਇਹ ਭਲਵਾਨ ਖੋਖਰ ਹੁਣ ਉਮਰ ਕੈਦ ਹੋਇਆ, ਇਹ ਕੌਂਸਲਰ ਸੀ ਮਿੰਦਰ ਯਾਦਵ, ਫਿਰ ਆਪਣਾ ਹੋਰ ਮਰ ਗਏ ਨੇ ਕਈ, ਆਪਣਾ ਧਰਮਵੀਰ ਸੀ ਇੱਕ, ਏਅਰਫੋਰਸ ਦੇ ਕੋਈ ਅਫਸਰ, ਇਹ ਸਾਰੇ ਜਿਹੜੇ ਸੀ, ਇੱਕ ਹੈਗੀ ਸੀ ਸਰੋਜ ਦੇਵੀ, ਉਹ ਆਉਂਦੀ ਸੀ, ਮੈਂ ਪ੍ਰਧਾਨ ਉਹਦੀ ਇੰਦਰਾ ਗਾਂਧੀ ਦੀ ਬੇਟੀ ਆ, ਬੜੀ ਆਪਣੇ ਆਪ ਨੂੰ ਲੀਡਰ ਖਵਾਉਂਦੀ ਸੀ, ਉਹਦੇ ਹੱਥ 'ਚ ਲਿਸਟ ਸੀ, ਉਹਨਾਂ ਸਾਰਿਆਂ ਨੇ ਕਿਹਾ ਵੀ ਕਿਆ ਹੋਊਗਾ, ਹੈ ਤਾਂ ਸਰਦਾਰ ਨਾਗ ਹੈ, ਅੱਤਵਾਦੀ ਹੈ, ਬਚੇਗੇ ਤਾਂ ਕਾਟੇਗੇ, ਉਸ ਜਿਹੜੇ ਗਾਰਡ ਇੰਦਰਾ ਗਾਂਧੀ ਦੇ ਗਾਰਡ ਸੀ ਸਰਦਾਰ, ਉਹਨੇ ਮਾਰ ਦੀ ਹਮਾਰੀ ਮਾਂ, ਤੇ ਇਨਕੋ ਤੇ ਇੱਕ ਕੋ ਵੀ ਨਹੀਂ ਛੋੜਨਾ, ਫਿਰ ਉਹਨਾਂ ਨੇ ਆਣ ਕੇ ਬਸ ਮਾਰ ਦਿੱਤਾ, ਤੇ ਬੇਟਾ ਥੋੜਾ ਜਿਹਾ ਭੱਜਿਆ, ਤੇ ਇਹਨਾਂ ਲੀਡਰ ਲੋਕਾਂ ਦੇ ਜਿਹੜੇ ਅੱਗੇ ਖਲੋਤੇ ਨਾ ਅੱਗ ਲਾਤੀ, ਤੇ ਮੇਰੇ ਹਸਬੈਂਡ ਨੂੰ ਤੇ ਡਰਾਇੰਗ ਰੂਮ ਚ ਬਿਲਕੁਲ ਫੇਕ ਲਟਾਤਾ ਸੀ, ਤੇ ਬੇਟਾ ਥੋੜਾ ਭੱਜਿਆ, ਤੇ ਇਹ ਲੀਡਰ ਲੋਕ ਖਲੋਤੇ ਇਹਨਾਂ ਅੱਗ ਲਾ ਕੇ ਉੱਥੇ ਢੇਰੀ ਕਰ ਦਿੱਤਾ। ਇਹ ਫਿਰ ਉਸ ਤੋਂ ਬਾਅਦ ਤੀਸਰੇ ਦਿਨ ਤੁਸੀਂ ਆਪਦੇ ਵਿੰਡੋ ਖਿੜਕੀਆਂ ਤੋੜ ਕੇ ਸਸਕਾਰ ਕੀਤਾ, ਜਦੋਂ ਮੈਨੂੰ ਮੇਜਰ ਜਾਦੋ ਇੱਕ ਲੈਣ ਆਇਆ ਸੀ 2 ਤਰੀਕ ਨੂੰ, ਮੇਰੇ ਵੀਰ ਉਹ ਮੇਰੇ ਵੀਰਾਂ ਦਾ ਦੋਸਤ ਸੀ MES ਦਾ, ਉਹ ਮੈਂ ਤਾਂ ਜਾਂਦੀ ਨੀ, ਮੈਨੂੰ ਬਦੋ ਬਦੀ ਸਮਝਾ ਕੇ ਲੈ ਗਿਆ ਵੀ ਜੇ ਤੇਰੇ ਇੱਥੇ ਨਹੀਂ ਸੁਣਦੇ ਨਾ ਤੇ ਆਰਮੀ ਵਾਲੇ ਆਪਣਾ ਆਦਮੀ ਚੁੱਕ ਲੈਂਦੇ ਆ, ਤੇ ਤੁਸੀਂ ਜਾ ਕੇ ਹੁਣ ਆਰਮੀ ਚੁਕਾਓ, ਕਿਉਂਕਿ ਮੈਂ ਇਹ ਲੀਡਰ ਵੀ ਵੇਖ ਲਏ ਸੀ, ਪੁਲਿਸ ਵੀ ਵੇਖ ਲਈ, ਕੋਈ ਸੁਣਦਾ ਨੀ, ਤੇ ਫਿਰ ਮੈਂ ਪਰੇਡ ਗਰਾਊਂਡ ਚ ਬੱਚੇ ਸੁੱਟ ਦਿੱਤੇ, ਤੇ ਆਪ ਮੈਂ ਇਹਨਾਂ ਦੇ 505 ਵਾਰ ਖਿਚਾਪ ਚ ਮੈਨੂੰ ਮੇਜਰ ਇੱਕ ਭਾਟੀਆ ਸੀ ਉਹ ਲੈ ਗਿਆ, ਜਦੋਂ ਉੱਥੇ ਜਾ ਕੇ ਖਲੋਤੀ ਆ, ਤੇ ਮੇਜਰ ਸਾਹਿਬ ਆਖਣ ਲੱਗੇ ਮੈਨੂੰ ਵੇਟਿੰਗ ਰੂਮ ਚ ਬਿਠਾ ਕੇ, ਮੈਂ ਸਾਰੇ ਚੱਕਰ ਮਾਰ ਕੇ ਆਉਣਾ, ਕੋਈ ਅਫਸਰ ਵੇਖਣਾ ਕਿ ਬੰਦ ਸੀ ਦਫ਼ਤਰ, ਤੇ ਸਾਡੇ ਦਫ਼ਤਰ ਵਿੱਚ ਇਹ ਆ ਜਿਹਦੇ ਤੇ ਪ੍ਰਧਾਨ ਮੰਤਰੀ ਨੂੰ ਖੜਨਾ ਹੁੰਦਾ, ਗਨ ਵਗੈਰਾ ਉਹ ਸਾਰੀ ਉੱਥੇ ਰਿਪੇਅਰ ਹੋਣੀ ਹੁੰਦੀ ਆ, ਅਸਲਾ ਵੀ ਰਿਪੇਅਰ ਹੋਣਾ ਹੁੰਦਾ, ਸਗੋਂ ਓਵਰ ਟਾਈਮ ਲੱਗ ਜਾਂਦੇ ਆ, ਤੇ ਉਹ ਫਿਰ ਉਹ ਮੇਜਰ ਭਾਟੀਆ ਚੱਕਰ ਮਾਰਨ ਗਿਆ, ਫਿਰ ਉਹ ਅੱਧੇ ਘੰਟੇ ਬਾਅਦ ਆਇਆ, ਭੈਣ ਜੀ ਬਈ ਦੇਖੋ ਜਾਂ ਜਨਰਲ ਸਾਹਿਬ ਆਏ ਹੋਏ ਆ, ਤੇ ਉਹ ਆਪਕੀ ਬਾਤ ਸੁਣੇਗੇ, ਮੈਂ ਮੇਰੀ ਬਾਤ ਕਰਾਓ, ਕਹਿੰਦਾ ਭੈਣ ਜੀ ਉਹ ਤਾਂ ਮੀਟਿੰਗ 'ਤੇ ਬੈਠ ਕੇ ਉੱਠੇਂਗੇ ਤਾਂ ਬਾਤ ਸੁਣੇਗੇ, ਮੈਂ ਕਿਹਾ ਠੀਕ ਹੈ। 2 ਘੰਟੇ ਮੀਟਿੰਗ ਚੱਲਦੀ ਰਹੀ, ਮੇਜਰ ਭਾਟੀਆ ਇੱਧਰ ਉੱਧਰ ਚੱਕਰ ਮਾਰਦਾ ਰਿਹਾ, 2 ਘੰਟੇ ਬਾਅਦ ਆਣ ਕੇ ਮੈਨੂੰ ਕਹਿਣ ਲੱਗਾ ਭੈਣ ਜੀ ਚਲੋ, ਮੈਂ ਭਈਆ ਕਿਆ ਕੰਮ ਕਰਨੇ ਆਇਆ, ਅੱਜ 2 ਦਿਨ ਹੋ ਗਏ ਲਾਸ਼ਾਂ ਪਈਆਂ, ਮੈਂ ਜਨਰਲ ਸਾਹਿਬ ਸੇ ਤੇ ਬਾਤ ਕਰ ਲੂੰ, ਆਪ ਕਹਿ ਰਹੇ ਚਲੋ।
ਕਹਿੰਦਾ ਬਹਿਣ ਜੀ ਉਹ ਤਾਂ ਗਏ। ਮੈਂ ਕਿਹਾ ਭਈਆ ਮੈਂ ਮੇਨ ਗੇਟ ਪੇ ਤਾਂ ਮੈਂ ਖੜੀ ਹਾਂ, ਉਹ ਕਹਾਂ ਸੇ ਚਲ ਗਈ, ਕਿੱਧਰ ਚਲੇ ਗਏ, ਇੱਧਰ ਤਾਂ ਕੋਈ ਜੀਪ ਨਹੀਂ ਗਈ। ਕਹਿੰਦਾ ਬਹਿਣ ਜੀ ਇੱਕ ਪਿੱਛੇ ਗੇਟ ਹੈ ਉਧਰ ਸੇ ਚਲੇ ਗਏ। ਉਹਨੇ ਮੇਰੀ ਗੱਲ ਨਹੀਂ ਸੁਣੀ ਕਿਉਂਕਿ ਉਹਨੇ ਮੁਨਾਸਬ ਨਹੀਂ ਸਮਝੀ। ਫਿਰ ਜਦੋਂ ਉਹਨੂੰ ਮੈਂ ਆਖਿਆ ਮੈਨੂੰ ਆਪਣੇ ਘਰ ਛੱਡਿਆ, ਮੇਰੇ ਭਾਟੀਆਂ ਨੂੰ ਉਹ ਮੁਕਰ ਗਿਆ, ਉਹਨੂੰ ਪਤਾ ਲੱਗ ਗਿਆ ਵੀ ਜਨਰਲ ਦਾ ਕੀ ਇਰਾਦਾ ਹੈ, ਉਹਨੂੰ ਸਾਰੇ ਇਹਨਾਂ ਮਿਲਟਰੀ ਵਾਲਿਆਂ ਨੂੰ ਪਤਾ ਲੱਗ ਗਿਆ ਕੀ ਇਰਾਦੇ ਨੇ।